ਦਾ ਕੋਈ ਸਿਸਟਮ ਸਹੀ ਨਹੀਂ ਆ ਰੋਜ਼ ਆਨੇ ਆ 5 ਵਜੇ ਤੋਂ ਆ ਕੇ 8 ਸਾਢੇ 8 ਵਜੇ ਤੱਕ ਵੇਟ ਕਰਦੇ ਆ ਵੈਕਸੀਨ ਐਸਐਮ ਨੂੰ ਕਹਿੰਦੇ ਜੀ ਵੈਕਸੀਨ ਬਹੁਤ ਥੋੜੀ ਆ ਰਹੀ ਆ ਪਿੱਛੋਂ ਸਾਰੀ ਆਂਟੀ ਆ ਕੇ ਸਾਡੀ ਵਾਰੀ ਆਈ ਨਹੀਂ ਫੇਰ ਬਾਅਦ ਵਿੱਚ ਮੇਰੀ ਵਾਰੀ ਆਈ ਕਹਿੰਦੇ ਤੇ ਖਤਮ ਹੋ ਗਈ ਆਪਣੀ ਆ ਇਸੇ ਤਰ੍ਹਾਂ ਬਚ ਗਈ कोविड वैक्सीन की कमी कारण सिविल हस्पताल फगवाड़ा विखे कोविड वैक्सीन लगवाण आए लोगों को काफ़ी खज्जल खुआर होना पै रहा है। वैक्सीन लगवाण आए लोगों ने कहा कि कोविड वैक्सीन की पहली डोज लगवाने लिए उस सवेरे 5 बजे से सिविल हस्पताल आए हुए हैं। पहला तो दूजी डोज लगाने का कह के उन्होंने रोक लिया गया जबकि बाद में कह दिया गया कि कोविड वैक्सीन की डोज खत्म हो चुकी है। ਅਸੀਂ ਜਦੋਂ ਸਵੇਰ ਦੇ ਆ ਕੇ 5 ਵਜੇ ਤੋਂ ਲਾਈਨਾਂ 'ਚ ਲੱਗੇ ਹੋਏ ਹਾਂ ਅਤੇ ਜਦੋਂ ਗੇਟ ਓਪਨ ਹੋਇਆ ਗੇਟ ਓਪਨ ਹੁੰਦੇ ਆ ਸਾਰੀ ਜਿਹੜੇ ਪਿਛਲੇ ਸਾਰੇ ਲੇਡੀਜ਼ ਉਹ ਅੱਗੇ ਆ ਗਏ ਅਤੇ ਇਹਨਾਂ ਨੇ ਪਰਚੀਆਂ ਦੇਣੀਆਂ ਸਟਾਰਟ ਕੀਤੀਆਂ ਅਤੇ ਉਹ ਵੀ ਜੈਂਟਸ ਸਾਈਡ ਜ਼ਿਆਦਾ ਦੇ ਦਿੱਤੀਆਂ ਅਤੇ ਲੇਡੀਜ਼ ਜਿਹੜੇ ਫਸਟ ਸੈਕਿੰਡ ਥਰਡ ਨੰਬਰ 'ਤੇ ਲੱਗੇ ਹੋਏ ਆ ਉਹਨਾਂ ਨੂੰ ਸਲਿਪ ਨਹੀਂ ਦਿੱਤੀ। ਇਹਦਾ ਕੋਈ ਸਿਸਟਮ ਸਹੀ ਨਹੀਂ ਆ ਰੋਜ਼ ਆਉਂਦੇ ਆ 5 ਵਜੇ ਤੋਂ ਆ ਕੇ 8 ਸਾਢੇ 8 ਵਜੇ ਤੱਕ ਵੇਟ ਕਰਦੇ ਹਾਂ। ਕੋਈ ਡਾਕਟਰ ਸਾਹਿਬ ਨਾਲ ਕੋਈ ਤੁਹਾਡੀ ਕੋਈ ਬੈਠਕ ਹੋਈ ਹੋਵੇ ਜਾਂ ਮੀਟਿੰਗ ਹੋਈ ਹੋਵੇ ਤਾਂ ਤੁਸੀਂ ਪੁੱਛਿਆ ਹੋਵੇ ਡਾਕਟਰ ਸਾਹਿਬ ਨੂੰ? ਕੋਈ ਨਹੀਂ ਮੀਟਿੰਗ ਹੋਈ ਆਪਣੀ। ਹਾਂਜੀ ਟੀਕੇ ਨੂੰ ਲੈ ਕੇ ਇਹਨਾਂ ਨੂੰ ਆ ਕੇ ਆਪਾਂ ਪੁੱਛਦੇ ਆ ਨਾ ਅੰਦਰ ਵੀ ਇਹਨਾਂ ਦਾ ਫਰਜ਼ ਬਣਦਾ ਵੀ ਤੁਸੀਂ ਜਨਤਾ ਨੂੰ ਸਹੀ ਗਾਈਡ ਕਰੋ ਵੀ ਇਸ ਦਿਨ ਵੈਕਸੀਨ ਲੱਗਣੀ ਤੁਸੀਂ ਆਓ। ਅੱਗੇ ਉਹ ਇਹ ਬੋਲਦੇ ਆ ਤੁਸੀਂ ਅਰਲੀ ਮਾਰਨਿੰਗ ਆਓ 5 ਵਜੇ ਲਾਈਨਾਂ 'ਚ ਲੱਗੋ ਅਗਰ ਵੈਕਸੀਨ ਆਊਗੀ ਤਾਂ ਤੁਹਾਡੇ ਲੱਗ ਜਾਊਗੀ। ਵੈਕਸੀਨ ਐਸਐਮਓ ਕਹਿੰਦੇ ਜੀ ਵੈਕਸੀਨ ਬਹੁਤ ਥੋੜੀ ਆ ਰਹੀ ਆ ਅਤੇ ਅਸੀਂ ਕਹਿੰਦੇ ਕੀ ਕਰ ਸਕਦੇ। ਮੈਂ ਕਿਹਾ ਐਸਐਮਓ ਸਾਹਿਬ ਕੋਈ ਇੱਥੇ ਬੋਰਡ ਲਵਾਓ ਵੀ ਇੰਨੀ ਵੈਕਸੀਨ ਇੰਨੇ ਬੰਦਿਆਂ ਨੂੰ ਲੱਗਣੀ ਆ ਦੁਨੀਆ ਬਾਕੀ ਦਾ ਹਸਪਿਟਲ 'ਤੇ ਨਾ ਹੋਵੇ ਆ ਗਏ। ਆ ਦੇਖੋ ਕਿੰਨੇ ਆ ਕਈਆਂ ਦੇ 100-100 ਦਿਨ ਹੋ ਗਿਆ ਉਹਨਾਂ ਨੂੰ ਟੀਕਾ ਨਹੀਂ ਲੱਗ ਰਿਹਾ। ਉਹਨੇ ਕਿਹਾ ਕਿ ਉਹ ਹਰ ਰੋਜ਼ ਸਵੇਰੇ 5 ਵਜੇ ਆ ਕੇ 8 ਵਜੇ ਤੱਕ ਸਿਵਲ ਹਸਪਤਾਲ ਵਿਖੇ ਖੱਜਲ ਖਵਾਰ ਹੋ ਰਹੇ ਹਨ ਪਰੰਤੂ ਉਹਨਾਂ ਨੂੰ ਕੋਵਿਡ ਵੈਕਸੀਨ ਦੀ ਡੋਜ਼ ਨਹੀਂ ਲਗਾਈ ਜਾ ਰਹੀ। 5 ਵਜੇ ਦੀ ਆ ਕੇ ਲੱਗੇ ਹੋਏ ਆ ਬਟ ਇਹਨਾਂ ਨੇ ਸਲਿਪ ਨਹੀਂ ਕੱਟੀ। ਇਹਨਾਂ ਨੇ ਕਿਹਾ ਸੈਕਿੰਡ ਡੋਜ਼ ਲੱਗਣੀ ਆ ਪਿੱਛੋਂ ਅਸੀਂ ਫਸਟ ਡੋਜ਼ ਦੀ ਲੱਗੀ ਪਿੱਛੋਂ ਅਗੇ ਸੈਕਿੰਡ ਡੋਜ਼ ਵਾਲੇ ਆ ਕੇ ਲੱਗ ਗਏ। ਜਦੋਂ ਇਹਨਾਂ ਨੂੰ ਕਿਹਾ ਕਿ ਸੈਕਿੰਡ ਡੋਜ਼ ਵਾਲੇ ਲਾ ਰਹੇ ਤੁਸੀਂ ਫਸਟ ਡੋਜ਼ ਵਾਲੇ ਕਿਉਂ ਲਾ ਰਹੇ, ਅਗਲੇ ਕਹਿੰਦੇ ਜੀ ਅਸੀਂ NRI ਕਿਹਾ ਸੀ NRI ਕੁਛ ਨਹੀਂ ਕਿਹਾ। ਇਹਨਾਂ ਨੇ ਕਿਹਾ ਕਿ ਸੈਕਿੰਡ ਡੋਜ਼ ਲੱਗਣੀ ਆ ਪਿੱਛੋਂ ਸਾਰੀਆਂ ਆਂਟੀ ਆ ਗਈਆਂ ਸਾਡੀ ਵਾਰੀ ਆਈ ਨਹੀਂ ਫੇਰ ਬਾਅਦ ਜਦੋਂ ਮੇਰੀ ਵਾਰੀ ਆਈ ਕਹਿੰਦੇ ਜੀ ਖਤਮ ਹੋ ਗਈ ਆ ਵੀ ਆ ਹੀ ਸੀ ਸਿਰਫ ਬੱਚੀਆਂ ਆ ਕੇ ਬੈਠੇ ਹੀ ਆ ਕੁਛ ਨਹੀਂ ਹੋਇਆ। ਉਧਰ ਇਸ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਦੇ SMO ਡਾਕਟਰ ਲੈਂਬਰ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੋਕਾਂ ਵਿੱਚ ਹੁਣ ਕੋਵਿਡ ਵੈਕਸੀਨ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਜਿਸ ਕਰਕੇ ਕੋਵਿਡ ਵੈਕਸੀਨ ਲਗਵਾਉਣ ਲਈ ਲੋਕਾਂ ਦੀ ਕਾਫੀ ਭੀੜ ਲੱਗ ਜਾਂਦੀ ਹੈ। ਕੋਵਿਡ ਵੈਕਸੀਨ ਦੀ ਜਿੰਨੀ ਸਪਲਾਈ ਆ ਰਹੀ ਹੈ ਉਹ ਲੋਕਾਂ ਨੂੰ ਲਗਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਕੋਵਿਡ ਵੈਕਸੀਨ ਲਗਾਈ ਜਾਵੇ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੌਸਲਾ ਰੱਖਣ, ਸਾਰਿਆਂ ਨੂੰ ਕੋਵਿਡ ਵੈਕਸੀਨ ਜ਼ਰੂਰ ਲਗਾਈ ਜਾਵੇਗੀ। ਸਾਡੇ ਵੱਲੋਂ ਇਹੀ ਕੋਸ਼ਿਸ਼ ਹੋ ਰਹੀ ਆ ਕਿ ਸਭ ਦੇ ਲਾਈ ਲੱਗੇ, ਪਰ ਇਸ ਤਰ੍ਹਾਂ ਪਿੱਛੋਂ ਗੌਰਮੈਂਟ ਵੱਲੋਂ ਵੀ ਇੰਸਟਰਕਸ਼ਨ ਆਉਂਦੀਆਂ ਕਿ ਫਸਟ ਡੋਜ਼ ਘੱਟ ਲਾਓ ਅਤੇ ਸੈਕਿੰਡ ਲਾਓ ਤਾਂ ਕਿ ਜਿਹੜੇ ਸੈਕਿੰਡ ਵਾਲੇ ਰਹਿੰਦੇ ਆ ਉਹ ਪੂਰੇ ਹੋ ਸਕਣ। ਪਰ ਇਹ ਆ ਕਿ ਲੋਕਾਂ ਦੀ ਇਹੀ ਕੋਸ਼ਿਸ਼ ਹੁੰਦੀ ਆ, ਲੋਕ ਟਰਾਈ ਕਰਦੇ ਕਿ ਫਸਟ ਵੀ ਲੱਗੀ ਜਾਵੇ, ਪਰ ਮੈਂ ਵੀ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਫਸਟ ਡੋਜ਼ ਘੱਟ ਲਾਉਣ ਅਤੇ ਸੈਕਿੰਡ ਡੋਜ਼ ਜ਼ਿਆਦਾ ਲਾਉਣ। ਫਸਟ ਡੋਜ਼ ਆਮ ਤੌਰ 'ਤੇ ਹੁੰਦਾ ਕਿ 20 ਅਤੇ ਸੈਕਿੰਡ ਡੋਜ਼ 80-20 ਰੇਸ਼ੋ ਵਿੱਚ, ਪਰ ਕਈ ਲੋਕ ਫਸਟ ਜ਼ਿਆਦਾ ਲਾਉਂਦੇ ਆ ਕਿ ਸਾਨੂੰ ਬਾਹਰ ਜਾਣਾ ਜਾਂ ਇਸ ਤਰ੍ਹਾਂ, ਉਸ ਕਰਕੇ ਥੋੜ੍ਹੀ ਪ੍ਰੋਬਲਮ ਹੁੰਦੀ ਹੈ ਜੇ ਰਾਈਟ ਰੇਸ਼ੋ ਚ ਇਹ। ਜਿਸ ਤਰ੍ਹਾਂ ਅਗਰ ਕਿਸੇ ਨੇ ਪ੍ਰਾਈਵੇਟ ਤੌਰ 'ਤੇ ਲਵਾਉਣੀ ਹੋਵੇ ਤਾਂ ਕਿੰਨੇ ਦੀ ਲੱਗਦੀ ਹੈ ਅਤੇ ਕਿਹੜੇ ਹਸਪਤਾਲਾਂ 'ਚ ਲੱਗਦੀ ਹੈ? ਪ੍ਰਾਈਵੇਟ ਬਾਰੇ ਲੱਗ ਰਹੀ ਹੈ ਪ੍ਰਾਈਵੇਟ 'ਚ ਜਾਂ ਨਹੀਂ? ਸਾਡੇ ਫਗਵਾੜੇ ਤਾਂ ਮੇਰਾ ਖਿਆਲ ਨਹੀਂ ਲੱਗ ਰਹੀ। ਨਹੀਂ ਲੱਗ ਰਹੀ ਹੈ ਫਗਵਾੜੇ ਦੇ ਵਿੱਚ? ਦੱਸੋ ਫਗਵਾੜੇ ਹੋਸਪਿਟਲ ਪ੍ਰਾਈਵੇਟ ਹੋਸਪਿਟਲ 'ਚ ਲੱਗਦੀ ਹੈ, ਤੁਹਾਡੇ 'ਤੇ ਆਏ ਨਹੀਂ ਇਹ ਮਾਮਲਾ? ਦੱਸੋ ਇੱਕ ਮੌਕੇ 'ਤੇ ਰਸ਼ ਬੜਾ ਪਾਇਆ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅਸੀਂ ਟਰਾਈ ਕਰ ਰਹੇ ਹਾਂ ਕਿ ਸਾਰਿਆਂ ਨੂੰ ਲਗਾਈ ਜਾਵੇ, ਰਸ਼ ਪੈ ਜਾਂਦਾ ਕਿਉਂਕਿ ਲੋਕ ਵੱਧ ਤੋਂ ਵੱਧ ਲਵਾਉਣੇ ਚਾਹੁੰਦੇ। ਲੋਕਾਂ ਤੋਂ ਕੀ ਅਪੀਲ ਕਰਦੇ? ਜਿਸ ਤਰ੍ਹਾਂ ਇੱਕ ਸਵੇਰੇ ਤੜਕੇ ਤੋਂ ਹਜੂਮ ਇੱਥੇ ਇਕੱਠਾ ਹੁੰਦਾ, ਲੋਕਾਂ 'ਤੇ ਕੀ ਅਪੀਲ ਕਰਦੇ ਹੋ ਤੁਸੀਂ? ਲੋਕਾਂ ਨੂੰ ਇਸ ਤਰ੍ਹਾਂ ਅਸੀਂ ਇਹ ਕਹਿੰਦੇ ਹਾਂ ਕਿ ਥੋੜ੍ਹਾ ਹੌਸਲਾ ਰੱਖਣ, ਵਾਰੀ ਵਾਰੀ ਸਭ ਦੇ ਲੱਗ ਹੀ ਜਾਣੀ ਆ, ਅਤੇ ਕਿਉਂਕਿ ਇੱਥੋਂ ਕਈ ਵਾਰ ਪੁੱਛ ਕੇ ਵੀ ਚੱਲ ਜਾਂਦੇ ਆ ਕਿਸ ਦਿਨ ਆਉਣੀ ਆ ਕਿਸ ਦਿਨ ਨਹੀਂ। ਹੋਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਹੋਰ ਵੈਕਸੀਨ ਵੱਧ ਤੋਂ ਵੱਧ ਹੋਰ ਆਵੇ ਅਤੇ ਇਹ ਰਸ਼ ਕਰੀ। ਅਤੇ ਵੈਕਸੀਨ ਜਿਹੜਾ ਰੂਟੀਨ ਨਾਲ ਆ ਰਹੀ ਹੈ ਪਿੱਛੋਂ ਜਾਂ ਕੋਈ ਦਿੱਕਤ ਆ ਰਹੀ ਹੈ ਵੈਕਸੀਨ ਲਈ? ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਆ ਜਾਂਦੀ ਹੈ।